ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ YouTube ਚੈਨਲ ਕਰਦੀਪ ਸਿੰਘ ਵਿੱਚ। ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ, ਜਿਹਦੇ ਵਿੱਚ ਦੱਸਾਂਗੇ ਆਪਾਂ ਪਾਸਪੋਰਟ ਸਾਈਜ਼ ਫੋਟੋ ਕਿੱਦਾਂ ਬਣਾ ਸਕਦੇ ਹਾਂ ਆਪਣੇ ਅਡੋਬ ਫੋਟੋਸ਼ਾਪ 7 ਵਰਜ਼ਨ ਵਿੱਚ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਆਪਾਂ ਅਡੋਬ ਫੋਟੋਸ਼ਾਪ ਖੋਲ੍ਹ ਲੈਣਾ। ਖੋਲ੍ਹਣ ਤੋਂ ਬਾਅਦ ਆਪਾਂ ਇੱਥੇ ਇੱਕ ਫੋਟੋ ਲੈ ਆਉਂਦੇ ਹਾਂ, ਠੀਕ ਹੈ ਜੀ। ਫੋਟੋ ਲੈ ਆਉਣ ਤੋਂ ਬਾਅਦ ਆਪਾਂ ਕਰੋਪ ਦੀ ਆਪਸ਼ਨ 'ਤੇ ਜਾਣਾ। ਕਰੋਪ ਦੀ ਆਪਸ਼ਨ 'ਤੇ ਜਾਣ ਤੋਂ ਬਾਅਦ ਆਪਾਂ ਵਿਥ ਬਣਨੀ ਆ 1.4 ਇੰਚ, ਅਤੇ ਹਾਈਟ ਬਣੀ 1.9 ਇੰਚ, ਅਤੇ ਰੈਜੂਲੇਸ਼ਨ 300 ਭਰ ਕੇ ਆਪਾਂ ਇਹਨੂੰ ਕਰੋਪ ਕਰ ਲੈਣਾ, ਠੀਕ ਹੈ ਜੀ। ਕਰੋਪ ਕਰ ਲੈਂਦੇ ਆਪਾਂ, ਤੁਸੀਂ ਵੇਖ ਸਕਦੇ ਜੀ, ਠੀਕ ਹੈ ਜੀ। ਆਪਾਂ ਕਰੋਪ ਕਰ ਲੈਂਦੇ, ਕਰੋਪ ਕਰਨ ਤੋਂ ਬਾਅਦ ਆਪਾਂ ਵੱਡਾ ਕਰ ਲੈਂਦੇ। ਵੱਡਾ ਕਰਨ ਤੋਂ ਬਾਅਦ ਆਪਾਂ ਆਹ ਵਾਲਾ ਟੂਲ ਸਿਲੈਕਟ ਕਰਨਾ। ਟੂਲ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਹਨਾਂ ਦੇ ਆਊਟਸਾਈਡ ਬੈਕਗਰਾਊਂਡ ਚੇਂਜ ਕਰ ਲੈਂਦੇ। ਬੈਕਗਰਾਊਂਡ ਚੇਂਜ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਥੱਲੜੇ ਪਾਸੇ ਆਪਾਂ ਕੋਈ ਕਲਰ ਚੂਜ਼ ਕਰ ਲੈਂਦੇ। ਕਲਰ ਚੂਜ਼ ਕਰਨ ਤੋਂ ਬਾਅਦ ਮਤਲਬ ਆਪਾਂ ਕਲਰ ਚੂਜ਼ ਕਰ ਲੈਂਦੇ ਹਾਂ, ਮੋਸਟਲੀ ਲਾਈਟ ਪਰਦੇ ਜ਼ਿਆਦਾ ਚੱਲਦੇ, ਠੀਕ ਹੈ ਜੀ। ਕਲਰ ਕਰਨ ਤੋਂ ਬਾਅਦ, ਠੀਕ ਹੈ ਜੀ, ਆਪਾਂ ਇੱਥੇ ਰਾਈਟ ਲੈਫਟ ਕਲਿੱਕ ਕਰਨ ਤੋਂ ਬਾਅਦ ਫੈਦਰ ਦੀ ਆਪਸ਼ਨ, ਫੈਦਰ 1.5 ਪਿਕਸਲ ਦਾ ਫੈਦਰ ਦੇਵਾਂਗੇ। ਡਿਲੀਟ ਕਰਾਂਗੇ, ਡਿਲੀਟ ਕਰਨ ਤੋਂ ਬਾਅਦ ਤੁਸੀਂ ਵੇਖ ਸਕਦੇ ਜੀ ਆਪਣੀ ਫੋਟੋ ਇੱਕਦਮ ਰੈਡੀ ਹੋ ਚੁੱਕੀ ਹੈ, ਠੀਕ ਹੈ ਜੀ। ਰੈਡੀ ਹੋਣ ਤੋਂ ਬਾਅਦ ਤੁਸੀਂ ਇਹਦੀ ਐਡਜਸਟਮੈਂਟ ਕਰ ਸਕਦੇ, ਕੰਟਰੋਲ ਐਮ ਨੱਪ ਕੇ ਕੋਈ ਵੀ ਇਹਦੀ ਐਡਜਸਟਮੈਂਟ ਕਰ ਸਕਦੇ ਜੀ। ਇਹਨੂੰ ਥੋੜ੍ਹੀ ਜਿਹੀ ਵਾਈਟਨੈਸ ਵਧਾ ਕੇ, ਠੀਕ ਹੈ ਜੀ, ਇਹਨੂੰ ਨਿੱਕਾ ਕਰੋ। ਨਿੱਕਾ ਕਰਨ ਤੋਂ ਬਾਅਦ ਆਪਾਂ ਅਮੇਜੀ ਆਪਸ਼ਨ 'ਤੇ ਜਾਣ ਤੋਂ ਬਾਅਦ ਰੋਟੇਟ ਕਰ ਦੇਣਾ 90 ਡਿਗਰੀ ਰੋਟੇਟ ਕਰਨ ਤੋਂ ਬਾਅਦ ਆਪਾਂ ਕੰਟਰੋਲ ਐਂਡ ਕਰਕੇ ਆਪਾਂ A4 ਸਾਈਜ਼ ਲੈ ਲੈਣਾ। A4 ਸਾਈਜ਼ ਲੈਣ ਤੋਂ ਬਾਅਦ ਆਪਾਂ ਇਹਨੂੰ ਇੱਕ ਸਾਈਡ ਡਰੈਗ ਕਰਾਂਗੇ। ਡਰੈਗ ਕਰਨ ਤੋਂ ਬਾਅਦ ਆਪਾਂ ਜ਼ੂਮ ਕਰ ਲੈਂਦੇ ਹਾਂ। ਜ਼ੂਮ ਕਰਨ ਤੋਂ ਬਾਅਦ ਆਪਾਂ ਇੱਥੇ ਆਪਣੀ ਫੋਟੋ, ਇੱਥੇ ਆਪਾਂ ਫੋਟੋ ਰੱਖਦੇ ਹਾਂ। ਫੋਟੋ ਰੱਖਣ ਤੋਂ ਬਾਅਦ ਆਪਾਂ ਇਹਨੂੰ ਕਾਪੀ ਪੇਸਟ ਕਰਾਂਗੇ ਲਾ ਕੇ, ਠੀਕ ਹੈ ਜੀ। ਇਹ ਤੁਸੀਂ ਵੇਖ ਸਕਦੇ ਜੀ, ਮੈਂ ਕਾਪੀ ਪੇਸਟ ਕਰਾਂ। ਮੁੜ ਕੇ ਸਾਰਿਆਂ ਨੂੰ ਲਿੰਕ ਕਰਨ ਤੋਂ ਬਾਅਦ ਆਪਾਂ ਇੱਕ ਬਰਾਬਰ ਕਰਕੇ, ਇਹਨਾਂ ਦੀ ਸਾਰੀ ਵੇਖ ਇੱਕ ਬਰਾਬਰ ਕਰਕੇ ਇਹਨੂੰ ਸੈਂਟਰ ਵਿੱਚ ਰੱਖ ਲੈਣਾ। ਫਿਰ ਕੰਟਰੋਲ ਈ ਨੱਪ ਦੇਣਾ। ਈ ਨੱਪਣ ਤੋਂ ਬਾਅਦ ਐਡਿਟ ਦੀ ਆਪਸ਼ਨ ਜੀ ਆ ਕੇ, ਸਟੋਕ ਦੀ ਆਪਸ਼ਨ ਜੀ ਆ ਕੇ, ਤੁਸੀਂ ਆਪਾਂ ਬਲੈਕ ਕਲਰ ਦੀ ਸਟੋਕ ਆਪਾਂ ਇੱਥੇ ਪਾਉਣੀ, ਬਲੈਕ ਕਲਰ ਦੀ ਸਟੋਕ ਪਾਉਣ ਤੋਂ ਬਾਅਦ ਤੁਸੀਂ ਵੇਖ ਸਕਦੇ ਇਹਦੇ ਸਟੋਕ ਪੈ ਚੁੱਕੀ ਆ। ਕੰਟਰੋਲ ਪੀ ਕਰਾਂਗੇ, ਪੀ ਕਰਨ ਤੋਂ ਬਾਅਦ ਸਕੇਲ ਫਿੱਟ 'ਤੇ ਕਲਿੱਕ ਕਰਨ ਤੋਂ ਬਾਅਦ ਪ੍ਰਿੰਟ ਦੀ ਆਪਸ਼ਨ ਕਰਾਂਗੇ। ਤੁਸੀਂ ਇਹ ਪ੍ਰਿੰਟ ਕਰ ਸਕਦੇ ਜੀ। ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ।